ਸਿਵਲ ਹਸਪਤਾਲ ਦੇ ਬੈੱਡ 'ਤੇ ਬੈਠੀ ਇਹ ਉਹੀ 28 ਸਾਲਾਂ ਦੀ ਰਜਤਦੀਪ ਕੌਰ ਨਾਮ ਦੀ ਕੁੜੀ ਹੈ ਜੋ ਕਿ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਵਿੱਚ ਬੁਟੀਕ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀ ਹੈ, ਜਿਸ ਦਾ ਬਟਾਲਾ ਦੇ ਰਹਿਣ ਵਾਲੇ ਇੱਕ ਮੁੰਡੇ ਦੇ ਨਾਲ ਚਾਵਾਂ ਅਤੇ ਰੀਝਾਂ ਨਾਲ ਘਰਦਿਆਂ ਨੇ ਵਿਆਹ ਕੀਤਾ ਸੀ। ਪਰ 1.5 ਸਾਲ ਬੀਤਣ ਉਪਰੰਤ ਰਜਤ ਦੇ ਘਰ ਵਾਲੇ ਨੇ ਇਸ ਤੋਂ ਇੱਕ ਅਜਿਹੀ ਚੀਜ਼ ਦੀ ਮੰਗ ਕੀਤੀ ਜੋ ਕਿ ਰਜਤ ਦੇ ਨਾ ਸਕੀ। ਰਜਤ ਵੱਲੋਂ ਮਨ੍ਹਾ ਕਰਨ 'ਤੇ ਘਰ ਵਾਲਾ ਭੜਕ ਉੱਠਿਆ ਅਤੇ ਫਿਰ ਉਸਨੇ ਰਜਤ ਦਾ ਉਹ ਹਾਲ ਕਰ ਦਿੱਤਾ ਕਿ ਜਿਸ ਨੂੰ ਦੇਖ ਸਾਰਿਆਂ ਦੇ ਹੋਸ਼ ਫਾਕਤਾ ਹੋ ਗਏ। ਇਸ ਮੌਕੇ ਰਜਤ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਪਣੇ ਘਰ ਵਾਲੇ 'ਤੇ ਜੋ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਦੱਸਿਆ, ਉਹ ਸੁਣ ਕੇ ਤੁਹਾਡਾ ਵੀ ਦਿਲ ਦਹਿਲ ਜਾਵੇਗਾ। ਮੇਰੇ ਹਸਬੈਂਡ ਸ਼ਾਮ ਨੂੰ ਕੰਮ ਤੋਂ ਆਏ ਸੀ ਅਤੇ ਉਹ ਮੈਨੂੰ ਕਹਿੰਦੇ ਸੀ ਕਿ ਆਪਣੇ ਮੰਮੀ ਡੈਡੀ ਕੋਲ ਜਾ ਕੇ ਅਤੇ ਸੋਨਾ ਲੈ ਕੇ ਆ, ਅਤੇ ਮੈਂ ਸੋਨਾ ਵੇਚ ਕੇ ਅਤੇ ਮੈਨੂੰ ਪੈਸੇ ਚਾਹੀਦੇ ਆ, ਜੇ ਨਹੀਂ ਤਾਂ ਫਿਰ ਦਾਜ ਲੈ ਕੇ ਆ। ਅਤੇ ਫਿਰ ਉਹਨਾਂ ਨੇ, ਮੈਂ ਕਿਹਾ ਕਿ ਨਹੀਂ ਮੈਂ ਇੱਦਾਂ ਨਹੀਂ ਕਰ ਸਕਦੀ, ਮੈਂ ਨਹੀਂ ਮੰਗਣਾ। ਅਤੇ ਫਿਰ ਉਹਨਾਂ ਨੇ ਮਤਲਬ ਇੱਦਾਂ ਮੇਰੇ ਨਾਲ ਲੜਾਈ ਕਰਨੀ ਸ਼ੁਰੂ ਕਰਤੀ। ਫਿਰ ਜਦੋਂ ਲੜਾਈ ਕਰਨੀ ਸ਼ੁਰੂ ਕਰਤੀ, ਉਸ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਚੁੰਨੀ ਨਾਲ ਫਾ ਦਿੱਤਾ ਅਤੇ ਜਦੋਂ ਮੈਂ ਬੇਹੋਸ਼ ਹੋ ਕੇ ਡਿੱਗੀ ਅਤੇ ਫਿਰ ਬਾਅਦ ਵਿੱਚ ਉਹਨਾਂ ਨੇ ਬਿਜਲੀ ਲਾ ਦਿੱਤੀ, ਸ਼ੋਟ ਦੇਣੇ ਸ਼ੁਰੂ ਕਰ ਦਿੱਤੇ ਅਤੇ ਫਿਰ ਉਸ ਤੋਂ ਬਾਅਦ ਮੇਰੇ ਮੂੰਹ 'ਤੇ ਕੈਂਚੀਆਂ ਵਗੈਰਾ, ਲੱਤਾਂ ਵਗੈਰਾ ਮਾਰ ਕੇ ਅਤੇ ਫਿਰ ਮੈਂ ਜਦੋਂ ਪੂਰੀ ਤਰ੍ਹਾਂ ਬੇਹੋਸ਼ ਹੋ ਗਈ, ਫਿਰ ਉਹ ਆਪ ਦਰਵਾਜ਼ਾ ਬੰਦ ਕਰਕੇ, ਸ਼ਟਰ ਬੰਦ ਕਰਕੇ ਅਤੇ ਚਲੇ ਗਏ, ਭੱਜ ਗਏ। ਕਿੰਨਾਂ ਨੇ ਮਾਰਿਆ? ਮੇਰੇ ਹਸਬੈਂਡ ਨੇ। ਕਿਉਂ ਮਾਰਿਆ? ਕਿਉਂਕਿ ਉਹ ਦਾਜ ਮੰਗਦੇ ਸੀ, ਨਾਲੇ ਉਹ ਕਹਿੰਦੇ ਸੋਨਾ ਲੈ ਕੇ ਆਪਣੀ ਮੰਮੀ ਕੋਲ ਕਿ ਮੈਂ ਵੇਚਣਾ ਵਾ, ਮੈਨੂੰ ਪੈਸਿਆਂ ਦੀ ਲੋੜ ਆ। ਕਿੰਨੇ ਸਾਲ ਹੋ ਗਏ? 1.5 ਸਾਲ ਹੋ ਗਿਆ ਵਿਆਹ ਨੂੰ। ਇਲਾਕਾ ਜੰਡਿਆਲਾ ਗੁਰੂ ਸਿੰਘ ਅਸੀਂ ਰਹਿੰਦੇ ਹਾਂ। ਮੈਂ 1.5 ਸਾਲ ਹੋ ਗਿਆ ਆਪਣੀ ਕੁੜੀ ਨੂੰ ਵਿਆਹੀ ਨੂੰ। ਕਿਹੜੀ ਜਗ੍ਹਾ ਵਿਆਹਿਆ? ਮੈਂ ਬਟਾਲਾ ਅਤੇ ਲਾਗੇ 14-15 ਕਿਲੋ ਅੱਗੇ ਆ ਚੈਨੇਵਾਲ, ਉੱਥੇ ਵਿਆਹੀ ਆ। ਅਤੇ ਅੱਜ ਹੋਇਆ ਕਿਉਂਕਿ ਇਹਨਾਂ ਨੂੰ ਤਾਂ ਬੜਾ ਚਿਰ ਹੋ ਗਿਆ, 1.5 ਸਾਲ ਹੀ ਵਿਆਹੀ ਨੂੰ ਹੋ ਗਿਆ ਅਤੇ 1.5 ਸਾਲ ਹੀ ਮੈਂ ਉਹ ਇਹਨਾਂ ਦਾ ਵੇਖਣ ਡਈ। ਇਹਨਾਂ ਕੋਈ ਨਹੀਂ ਮੇਰੀ ਧੀ ਨੂੰ ਰੱਖਿਆ, ਮਾਰ ਕੁੱਟ ਕੇ ਕੱਢ ਦਿੰਦੇ ਸੀ। ਇੱਕ ਵਾਰ ਅੱਗ ਲਾਉਣੀ ਸ਼ੁਰੂ ਕੀਤੀ, ਇਹਨਾਂ ਅੱਗ ਲਾ ਦਿਲ ਗਈ, ਉਦੋਂ ਵੀ ਮੈਂ ਆਪਣੀ ਧੀ ਬਚਾਈ ਆ। 3-4 ਵਾਰਾਂ ਨਾਲ ਕੁੱਟ ਦਿੱਤਾ ਵਾ, ਸੱਸ ਸਹੁਰਾ ਜੋ ਨਣਾਨਾ ਦੇਰ ਸਭ ਹੱਥੀ ਪਏ ਇਹਦੇ। ਤਾਂ ਹੁਣ ਇਸੇ ਇਹਦੇ ਫਿਰ ਇਹਦੇ ਘਰ ਵਾਲੇ ਨੇ ਮੰਗਿਆ, ਸਾਡੇ ਕੋਲ ਮਾਫੀਆਂ ਮੰਗੀਆਂ, ਸੱਸ ਸਹੁਰੇ ਨੇ ਮਾਫੀਆਂ ਮੰਗੀਆਂ ਵੀ ਚਲੋ ਸਾਡੀ ਨੂੰਹ ਸਾਡਾ ਪੁੱਤ ਅਲੱਗ ਰਹਿਣ। ਫਿਰ ਇਹਨਾਂ ਜੰਡਿਆਲੇ ਕਮਰਾ ਲੈ ਦਿੱਤਾ ਇਹਨਾਂ ਨੂੰ ਜੋਤੀ ਸਰ, ਉੱਥੇ ਰਹਿਣ ਡੈ ਪਏ। 2-3 ਮਹੀਨੇ ਰਹੇ ਆ ਇਹਨੂੰ, ਕੱਲ੍ਹ ਪਤਾ ਨਹੀਂ ਕੀ ਹੋਇਆ ਕੀ ਨਹੀਂ, ਕੰਮ 'ਤੇ ਗਿਆ ਵਾ ਅਤੇ ਆਣ ਕੇ ਇਹਨੂੰ ਕੁੱਟਣ ਮਾਰਨ ਡੈ ਪਿਆ, ਫਾਹ ਦਿੱਤਾ ਵਾ। ਫਾਹ ਦੇ ਕੇ ਮੁੜ ਕੇ ਇਹਨੂੰ ਪਤਾ ਨਹੀਂ ਕੀ ਕੀਤਾ ਵਾ, ਕਰੰਟ ਲਾਏ ਇਹਨੂੰ, ਆ ਵੇਖੋ ਇਹਨੂੰ ਬੇਹੋਸ਼ ਕਰਕੇ ਸੁੱਟ ਗਿਆ ਵਾ ਅਤੇ ਮਾਰ ਕੇ ਤਾਲੇ 'ਤੇ ਚਲ ਗਿਆ ਆਪਣੇ, ਪਤਾ ਨਹੀਂ ਕਿੱਥੇ ਚਲ ਗਿਆ। ਅਤੇ ਜਿਹੜੇ ਦੁਕਾਨ ਦੇ ਮਾਲਕ ਸੀ ਇਹਨੇ ਮੁੜ ਕੇ ਜਦੋਂ ਹੋਸ ਆਏ 1-1.5 ਘੰਟੇ ਬਾਅਦ ਇਹਨੇ ਉਹਨਾਂ ਦਾ ਬੂਹਾ ਖੜਕਾਇਆ ਵਾ ਅਤੇ ਬੂਹਾ ਉਹਨਾਂ ਖੋਲ੍ਹਿਆ, ਫਿਰ ਉਹਨਾਂ ਤੋੜ ਕੇ ਸ਼ਟਰ ਜਿੰਦਰੇ ਤੋੜ ਕੇ ਅਤੇ ਇਹਨੂੰ ਬਾਹਰ ਕੱਢ ਕੇ ਫਿਰ ਮੇਰੇ ਘਰ ਪਿੰਡ ਗੁੰਨੋਵਾਲ ਛੱਡ ਕੇ ਗਏ ਰਾਤ 10:30 ਵਜੇ। ਹਾਂ, ਪੁਲਿਸ ਨੂੰ ਰਿਪੋਰਟ ਅਸੀਂ ਰਾਤ ਹੀ ਕੀਤੀ ਸੀ, ਰਾਤ ਦਾ ਇੱਥੇ ਹਸਪਤਾਲ ਲੈ ਕੇ ਆਏ ਹੁਣ। ਅਤੇ ਪੁਲਿਸ ਕੀ ਕਹਿੰਦੀ? ਪੁਲਿਸ ਕਹਿੰਦੀ ਆ ਇਨਸਾਫ ਸਾਨੂੰ ਤਾਂ ਚਾਹੀਦਾ, ਪੁਲਿਸ ਤਾਂ ਤੁਹਾਨੂੰ ਪਤਾ ਹੀ ਆ। ਹਾਂਜੀ, ਕਰਨ ਡਈ। ਉੱਧਰ ਰਜਤ ਕੌਰ ਦੀ ਸ਼ਿਕਾਇਤ ਉਪਰੰਤ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਥੇ ਜੰਡਿਆਲਾ ਦੇ ਵਿੱਚ ਉਹ ਬੁਟੀਕ ਦਾ ਕੰਮ ਕਰਦੀ, ਉਹਦੇ ਘਰ ਵਾਲਾ ਆਇਆ ਦੁਕਾਨ 'ਤੇ, ਉਹਦੀ ਕਾਫੀ ਜ਼ਿਆਦਾ ਕੁੱਟਮਾਰ ਕਰਕੇ, ਤਸ਼ੱਦਦ ਕਰਕੇ ਅਤੇ ਉਹਨੂੰ ਮਰਨ ਵਾਲੀ ਹਾਲਤ 'ਚ ਛੱਡ ਕੇ ਚਲਾ ਭੱਜ ਗਿਆ। ਫਿਰ ਉਹਦੇ ਪਤਾ ਲੱਗਣ 'ਤੇ ਪੇਰੈਂਟਸ ਆਏ, ਸਾਨੂੰ ਇਨਫੋਰਮ ਕੀਤਾ ਅਤੇ ਉਹਨੂੰ ਐਮਰਜੈਂਸੀ ਦਾਖਲ ਕਰਵਾਇਆ।
ਉਹਦੀ ਸਟੇਟਮੈਂਟ 'ਤੇ 307 FIR ਦਰਜ ਕਰ ਦਿੱਤੀ ਗਈ ਹੈ ਜੀ। ਦੋਸ਼ੀ ਜਲਦੀ ਗ੍ਰਿਫਤਾਰ ਕੀਤਾ ਜਾਵੇ। ਕੀ ਕਾਰਨ ਕੀ ਰਿਹਾ ਕੁੱਟਮਾਰ ਕਰਨ ਦਾ, ਕਿਉਂ ਕੁੱਟਮਾਰ ਕੀਤੀ ਗਈ? ਲੜਕੀ ਦੇ ਦੱਸਣ ਮੁਤਾਬਕ ਵੀ ਇਹ ਪੈਸੇ ਦੀ ਮੰਗ ਕਰਦਾ ਸੀ, ਦਾਜ ਮੰਗਦਾ ਸੀ ਅਤੇ ਪਹਿਲਾਂ ਵੀ ਤਕਰਾਰ ਹੋਇਆ ਅਤੇ ਕੱਲ੍ਹ ਜਿਹੜਾ ਬੇਤਹਾਸ਼ਾ ਕੁੱਟਮਾਰ ਕੀਤੀ, FIR ਦਰਜ ਕਰ ਦਿੱਤੀ। ਨਹੀਂ ਹਲੇ ਇਸ ਚੀਜ਼ ਤੋਂ ਨਹੀਂ ਸਾਹਮਣੇ ਆਈ ਗੱਲ, ਜਦੋਂ ਅਰੈਸਟ ਕਰਾਂਗੇ ਪੁੱਛਗਿੱਛ ਸਾਹਮਣੇ। ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਰ ਵਾਲੇ ਦੇ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਫਰਾਰ ਹੋਏ ਘਰ ਵਾਲੇ ਨੂੰ ਕਾਬੂ ਕਰ ਲਿਆ ਜਾਵੇਗਾ। ਹਕੀਕੀ ਟੀ ਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।